ਸਸਿਕਾਲ ਜੀ, ਇਹ ਗੁੱਗੂ ਗਿੱਲ ਸਾਹਿਬ ਦੇ ਡੌਗਸ ਨੇ ਔਰ ਗਿੱਲ ਸਾਹਿਬ ਨੇ ਬੜੀ ਇੰਟਰਸਟਿੰਗ ਗੱਲ ਦੱਸੀ ਵੀ ਇਹਨਾਂ ਦੇ ਨਾਮ ਸਾਰੇ ਅਸਲੇ ਦੇ ਨਾਂ ਤੇ ਹੈ। ਇਹ ਕਿਹੜੀ ਬਰੀਡ ਹੈ ਗਿੱਲ ਸਾਹਿਬ? ਇਹ ਹੈਗੇ ਜੀ ਤਿੱਬਤੀਅਨ ਮੈਸਟਿਫ, ਗੱਦੀ ਸਮਝ ਲਓ। ਅੱਛਾ ਜੀ, ਇਹਦਾ ਨਾਮ ਹੈ ਮਾਊਜ਼ਰ, ਮਾਊਜ਼ਰ ਨਾਂ ਰੱਖਿਆ ਜੀ ਇਹਦਾ। ਉਹ ਹੈਗਾ ਜੀ ਪ੍ਰੇਸਾ ਕਨੇਰੀਆ ਬਲੈਕ ਹੈ ਜਿਹੜਾ। ਅੱਛਾ ਜੀ, ਇਹ ਪ੍ਰੇਸਾ ਕਨੇਰੀਆ, ਇਹ ਵੀ ਫਾਈਟਰ ਡੌਗ ਹੁੰਦਾ ਔਰ ਇਹਦਾ ਨਾਂ ਹੈ ਪੈਂਜ਼ਰ। ਟੈਂਕ ਹੁੰਦਾ ਇੱਕ ਪੈਂਜ਼ਰ, ਹਾਂਜੀ ਪੈਂਜ਼ਰ ਟੈਂਕ ਹੈ ਜਰਮਨੀ ਦਾ, ਬਹੁਤ ਮਸ਼ਹੂਰ। ਚਲ ਦੂਜਾ ਲਈ ਆਪਣਾ ਟੂਟੂ, ਟੂਟੂ ਦਾ ਕੀ ਹਾਲ ਉਹਦੇ ਹੋ ਗਏ ਸੀ? ਚਲੋ ਬਣ ਦੇ ਬੱਲੇ। ਕਿੰਨੀ ਏਜ ਕਿੰਨੀ ਹੋ ਗਈ ਜੀ? ਆਹ ਤਾਂ ਹਜੇ ਬੱਚੇ ਹੀ, ਡੇਢ ਸਾਲ ਦਾ ਹੈ। ਅੱਛਾ ਜੀ, ਹਾਂ ਉਹ ਵੱਡਾ ਹੈ, ਉਹ ਢਾਈ ਸਾਲ ਦਾ, ਢਾਈ ਤਿੰਨ ਸਾਲ ਦਾ ਹੋ, ਚੱਲ ਤਿੰਨ ਕੁ ਸਾਲ ਦਾ ਹੋ। ਉਹ ਜਵਾਨ ਹੈ ਕਾਲਾ, ਇਹਨੂੰ ਵੀ ਬੂਟੇ ਬੰਨਦੇ। ਨਹੀਂ ਨਹੀਂ ਇਹ ਤਾਂ ਖੇਡਦੇ। ਇੱਕ ਜਿਹੜਾ ਜ਼ਿਆਦਾ ਪੈਣ ਦਾ ਸ਼ੌਕੀਨ ਹੈ ਨਾ, ਉਹ ਹੈਗਾ ਬੁਲਟੇਰੀਅਰ, ਉਹਦਾ ਨਾਂ ਹੈ ਟੂਟੂ। ਉਹ ਪੈ ਜਾਂਦਾ ਜੀ? ਹਾਂਜੀ, ਉਹ ਇਹ ਜਿੰਨੇ ਫਾਈਟਰ ਡੌਗ ਹੁੰਦੇ ਨੇ ਇਹ ਫਿਰ ਲੜਨ ਦੇ ਸ਼ੌਕੀਨ ਹੁੰਦੇ ਆ, ਆਪਸ ਚ ਵੀ ਲੜ ਜਾਂਦੇ। ਹਾਂਜੀ ਹਾਂਜੀ, ਉਹਨੂੰ ਅਸੀਂ ਇਕੱਲੇ ਨੂੰ ਅੱਡ ਹੀ ਰੱਖਦੇ ਹਾਂ, ਇਹ ਦੂਜੇ ਦਾ ਪਿਆਰ ਨਾਲ ਇਕੱਠੇ ਰਹਿੰਦੇ ਆ ਪਰ ਉਹਦੀ ਕਿਸੇ ਨਾਲ ਨੀ ਬਣਦੀ। ਟੂਟੂ ਦੀ ਉਡੀਕ ਕਰ ਰਹੇ ਹਾਂ ਜੀ ਅਸੀਂ ਹੁਣ। ਟੂਟੂ ਜਿਸ ਤਰ੍ਹਾਂ ਛੋਟੀ ਗੋਲੀ ਹੁੰਦੀ ਹੈ ਨਾ ਤੇ, ਪਰ ਉਹ ਹੁੰਦੀ ਖਤਰਨਾਕ ਹੈ, ਐਵੇਂ ਉਹਦਾ ਕੱਦ ਛੋਟਾ ਹੈ ਪਰ ਹੈ ਖਤਰਨਾਕ, ਫਾਈਟਰ ਬਹੁਤ ਹੈ। ਨਾ ਤੁਸੀਂ ਰੱਖਦੇ ਹੋ ਫਿਰ ਸਾਰੇ? ਮੈਂ ਰੱਖਦੇ ਸਾਰੇ। ਸੋ ਇਹ ਬੜੀ ਇੰਟਰਸਟਿੰਗ ਗੱਲ ਹੈ, ਇਹ ਸ਼ੌਂਕ ਦੀ ਗੱਲ ਵੀ ਹੈ ਔਰ ਗਿੱਲ ਸਾਹਿਬ ਦੀ ਲੈਗੇਸੀ ਵੀ ਹੈ ਇਹ। ਪੁੱਤ ਜੱਟਾਂ ਦੇ ਤੋਂ ਲੈ ਕੇ ਕਹਿੰਦੇ ਕਿ ਇਹਨਾਂ ਦੇ ਫਾਰ ਸਾਹਿਬ ਹੋਣੇ ਵੀ ਸ਼ੌਕੀਨ ਸੀਗੇ ਔਰ ਉਹ। ਹਾਂਜੀ, ਫਿਲਮੀ ਕੈਰੀਅਰ ਇੱਕ ਡੌਗ ਤੋਂ ਸਟਾਰਟ ਹੋਇਆ। ਹਾਂ ਇਹ ਦੱਸਿਆ ਜੀ ਇਹਨਾਂ ਨੇ, ਪਹਿਲੀ ਫਿਲਮ ਦੇ ਵਿੱਚ ਸ਼ੌਟ ਦਿੱਤਾ ਸੀ ਪੁੱਤ ਜੱਟਾਂ ਦੇ ਵਿੱਚ, ਆਪਦੀ ਘਰ ਦੀ ਫਿਲਮ ਸੀ, ਉਹਦੇ ਚ ਇੱਕ ਸ਼ੌਂਕ ਨਾਲ ਇਹਨਾਂ ਨੇ ਆਖਿਆ ਵੀ ਮੈਂ ਤਾਂ ਉਹਦਾ ਡੌਗ ਕੁੱਤਾ ਹੀ ਲੜਾਊਂਗਾ, ਪੰਜਾਬੀ ਦੀ ਬੋਲੀ ਵੀ ਕੁੱਤਾ ਹੀ ਆਪਦਾ ਲੜਾਇਆ ਜੀ, ਤਾਂ ਸਾਡੇ ਵਾਲੇ ਜਿੱਤਣਾ ਹੀ ਸੀ ਜੀ ਫਿਰ। ਨਹੀਂ ਉਹ ਜਿਤਾਇਆ ਹੈ, ਡਾਇਰੈਕਟਰ ਨੂੰ ਕਿਹਾ ਵੀ ਇਹ ਜਿੱਤਣਾ। ਅੱਛਾ, ਲੜਾਈ ਸਹੀ ਹੋਈ ਜੀ ਫਿਰ? ਉਹ ਸਹੀ ਹੋਈ ਸੀ, ਜੈਨੂਅਨ ਕਿਹਾ। ਮੈਂ ਆਖਿਆ ਵੀ ਪਰ ਮੇਰਾ ਕੁੱਤਾ ਤੁਸੀਂ ਜਿਹੜਾ ਜਿੱਤਿਆ ਉਹ ਵਿਖਾਇਆ ਜੇ, ਜਿਹੜਾ ਉਹਨਾਂ ਚ ਜਿੱਤ ਗਿਆ ਉਹ ਤਾਂ ਮੈਨੂੰ ਮੇਰਾ ਵਿਖਾਤਾ, ਉਹਨਾਂ ਦਾ ਕੀ ਸੀਗਾ? ਫਿਲਮ ਕਰਦੀ ਸੀ ਨਾ ਫਿਰ, ਸਾਡਾ ਕਾਲੂ ਸੀ। ਅੱਛਾ, ਕੁੱਤੇ ਦਾ ਨਾਮ ਸੀ ਸਾਡਾ ਕਾਲੂ। ਸਾਡਾ ਕਾਲੂ, ਉਹਨੇ ਬੋਲਦਾ ਨਾ ਵੀ ਲੈ ਬਈ ਜਗੀਰਿਆ ਪਿਛਲੇ ਸਾਲ ਦਾ ਬਦਲਾ ਲੈ ਲਿਆ ਸਾਡੇ ਕਾਲੂ ਨੇ। ਹੁਣ ਤਾਂ ਜੀ ਮੇਰੇ ਖਿਆਲ ਨਹੀਂ ਹੁੰਦੀਆਂ, ਪਹਿਲਾਂ ਹੁਣ ਤਾਂ ਮਤਲਬ ਬੈਨ ਕਰਤੀਆਂ ਜਾਂ ਹਾਂਜੀ ਡੌਗ ਫਾਈਟਸ ਨਹੀਂ ਕਰ ਸਕਦੇ ਜੀ। ਉਸ ਵੇਲੇ ਨਹੀਂ ਸੀ ਇੰਨੀ ਕਾਨੂੰਨ ਦੀ ਸਖਤੀ ਹੈਣੀ ਸੀ, ਹੁਣ ਨਹੀਂ, ਹੁਣ ਤਾਂ ਸ਼ੌਕ ਨਾਲ ਹੀ ਰੱਖੇ ਲੜਾਉਂਦੇ। ਉਹਦੇ ਫਿਰ ਰੂਲਸ ਕੀ ਹੁੰਦੇ ਸੀ ਜੀ? ਜਿੱਤਦਾ ਕੌਣ ਸੀ? ਜਿੱਤਦਾ ਕਈ ਰੂਲਸ ਹੁੰਦੇ ਜੀ ਕੁੱਤਿਆਂ ਦੇ, ਜਿਵੇਂ ਹੁਣ ਆਹ ਵੇਖ ਲਓ, ਵੇਖਣ ਚ ਛੋਟਾ ਇਹ, ਹਾਂਜੀ, ਪਰ ਇਹ ਜਿੱਥੇ ਮੂੰਹ ਪਾਲੇ ਛੱਡਦੇ ਹੀ। ਅੱਛਾ, ਖਤਰਨਾਕ ਇਹ, ਵੇਖਣ ਚ ਐ ਸੁਣਨਾ ਜਿਹਾ ਲੱਗੂਗਾ ਵੀ ਇਹਨੇ ਕੀ ਆਖਣਾ। ਤੇ ਟੂਟੂ ਟੂਟੂ ਪੁੱਤਰ ਆ ਜਾ ਮੇਰਾ ਬੱਚਾ, ਅੱਖ ਤੇ ਕੁਛ ਹੋਇਆ ਜੀ ਇਹਦੇ? ਥੱਲੇ ਗਲੇ ਤੇ ਕੋਈ ਜ਼ਖਮ ਹੋ ਗਿਆ ਸੀ, ਉਹਦੇ ਫਿਰ ਕੀੜੇ ਪੈ ਗਏ। ਉਹ ਕਿਹੜੀ ਬਰੀਡ ਹੈ ਜੀ? ਉਹ ਅਲਸੇਸ਼ਨ ਹੈ। ਅੱਛਾ, ਅਲਸੇਸ਼ਨ ਹੈ ਜੀ। ਕੋਈ ਨਾ ਤਾਂ ਦਰਦ ਹੈ, ਉਹਦੀ ਪੂਛ ਵੇਖ ਲਈ ਤੁਸੀਂ ਡਰਦੇ ਸੀ। ਭਾਈ ਗਿੱਲ ਸਾਹਿਬ ਦੇ ਡੌਗਸ ਨੇ ਔਰ ਬੜੀ ਇੰਟਰਸਟਿੰਗ ਗੱਲ ਹੈ, ਸ਼ੌਂਕ ਦਾ ਕੋਈ ਮੁੱਲ ਵੀ ਨਹੀਂ ਹੁੰਦਾ ਪਰ ਬਹੁਤ ਵਧੀਆ ਗੱਲ ਹੈ ਇਹ। ਜਿਮ ਵੀ ਕਰਦੇ ਹੋ ਤੁਸੀਂ? ਜਿਮ ਵੀ ਹੈਗਾ ਹੈ।